भाजी हुणां दे सत्त जोड़े अपने जिहड़े आ इन्हां दे मूँह सुणांगे इन्हां दे की रिजल्ट आए आ। बाकी कबूतर ना कुछ इन्हां दे मादियां मर गईआं, किसे दे नर मर गए। वह इन्हां ने जोड़े जिहड़े ना मैनूं कहिंदे भाजी साखी तूं लै आ आए, तो असीं मतलब कि इसे चक्कर सी शौक होना भाजी खलोई ते लो जी भाजी आ मैनूं कबूतर भाजी कहिंदे किसी दे दिओ शौक करे कोई बंदा तो इंशाला इन्हां कबूतरां नूं जिहदे कबूतरां पाओगे तुहानूं मज़ा आएगा जी। कबूतर वाकई अच्छे आ ते मैं कहा चलो यार हुण भाई ने कहा वा, हालांकि देण नूं दिल उहनां दा कोई नहीं हैगा। आ साडे बजुर्ग आ गए जनाब साडे कोल जिहड़ा दाणा पाणी पाउंदे आ, कहिंदा कबूतरियां मर गईआं वा। अच्छा बाकी जो मर्जी बाबा जी हुण गुस्से च आ जनाब, उह कहिंदे छड्ड किहड़े कम्मे लगा वा। लेकिन चलो जी शौक रोने जनाब तुहानूं। अच्छा ए कबूतरी है भाजी? हां जी ए मादी है। ਇਹ ਮਾਦੀ ਆ ਜੀ। ਅਸੀਂ ਕਬੂਤਰ ਭਾਜੀ ਕੋਲ ਲਏ ਆ ਜੀ 15-16 ਕਬੂਤਰ, ਜਿਹਨਾਂ ਦੀ ਕਿਸੇ ਦੀ ਮਾਦੀ ਮਰ ਗਈ, ਕਿਸੇ ਦਾ ਨਰ ਮਰ ਗਿਆ। ਜ਼ੁਲਮਗਾਰੀ ਇਸੇ ਵਜ੍ਹਾ ਤੋਂ ਦੇਣ ਲੱਗੇ ਤੇ ਇਹਨਾਂ ਵੀ ਰਿਜੈਕਟ ਕਬੂਤਰ ਆ ਕਈ ਕਹਿੰਦੇ ਹੁੰਦੇ। ਇਹ ਵਾਲ ਸਾਹਿਬ ਦਾਣਾ ਪਾਉਂਦੇ ਸੀ ਮਗਰੋਂ, ਇਹਨਾਂ ਨੂੰ ਦਵਾਈ ਦੁਈ ਤੁਹਾਨੂੰ ਦੇਣੀ ਨਹੀਂ ਹੁੰਦੀ, ਵਿੱਚ ਨਰ ਮਰ ਗਏ ਮਾਦੀਆਂ ਮਰ ਗਈਆਂ ਵਿੱਚੋਂ ਕਿੰਨੀਆਂ। ਫਿਰ ਮੈਂ ਜੋੜੇ ਸਾਈਡ ਤੇ ਕਰਤੇ, ਤੁਸੀਂ ਜਿਹੜੇ 5-7 ਪੂਰੇ ਜੋੜੇ ਸੀ ਰੱਖ ਲਏ, ਰੱਖ ਲਏ ਬਾਕੀ ਮੈਂ ਸਾਰੇ ਜਿਹੜੇ ਨਾ ਆ ਵੀ ਚਲੋ ਸ਼ੌਕ ਵੀ ਬੰਦਾ ਕਰਦਾ ਉਹ ਵੀ ਕਰਾ ਲੈਂਦਾ। ਫਿਰ ਉਹ ਜਿਹੜੇ ਜੋੜੇ ਆ ਦੇਖੋ ਆ ਬੋਸ ਕੀ ਅੱਖਾਂ ਦਾ ਕਬੂਤਰ ਦੇਖੋ, ਏਡਾ ਜੋਂ ਸਰਾ ਬੋਸ ਕੀ ਅੱਖਾਂ ਦੇ। ਅੱਜ ਜੀ ਕਬੂਤਰ ਲੈਣ ਲੱਗੇ ਆ ਜੀ ਭਾਜੀ ਕੋਲੋਂ। 1 ਮਿੰਟ ਮੈਂ ਤਾਂ ਵੀ ਸ਼ੌਕ ਕਰਾਂਦਾ। ਹੈਲੋ ਜੀ ਕਾ ਸ਼ੌਕ ਕਰੋ। ਅੱਛਾ ਇਹ ਕਿਹੜਾ ਕਬੂਤਰ ਸੀਗਾ ਜੀ ਤੁਸੀਂ ਲਿਆ? ਇਹ ਥਾਲਾ ਕਬੂਤਰ ਆ ਜੀ, ਇਹ ਮੈਂ ਜੋੜਾ ਲਿਆਂਦਾ ਸੀ 7000 ਦਾ। ਅੱਛਾ ਇਹ ਮਾਦੀ ਇਹਦੇ ਨਾਲ ਦੀ ਮਰ ਗਈ ਫਿਰ ਕਬੂਤਰ ਮੈਂ ਇਹ ਵਿੱਚ ਇਹ ਦੇਖੋ ਜੀ ਇਹ ਜਨਾਬ 6 ਥਾਲਾ ਕਬੂਤਰ ਉਹਦੀ। ਯਕੀਨ ਕਰੋ ਅੱਖ ਦੇ ਵਿੱਚ ਜ਼ਰਿਆਂ ਦੇ ਝੱਗ ਦੇਖੋ ਕਿੱਦਾਂ ਪਾਣੀ ਦੀ, ਯਾਨੀ ਕਿ ਪਾਣੀ ਇੰਨਾ ਕੁ ਸਟਾਕ ਕੀਤਾ ਉਹਦੇ ਝੱਗ ਹੀ ਬਣ ਗਈ ਜਨਾਬ ਇਹ ਅੱਖ ਦੇ ਵਿੱਚ। ਮਾਸ਼ਾਅੱਲਾ ਇਹ ਅੱਛਾ ਕਬੂਤਰ ਆ ਜਨਾਬ। ਔਰ ਇਹਦੇ ਬੱਚੇ ਬੁੱਚੇ ਤੁਸੀਂ ਉਡਾਏ ਨਹੀਂ ਸੀਗੇ? ਤੁਸੀਂ ਕਹਿੰਦੇ ਬੜੇ ਉਡੇ ਨੇ, ਮਾਦੀ ਮਰ ਗਈ ਫਿਰ ਉਦਾਂ ਹੀ ਫਿਰਦਾ ਰਿਹਾ। ਲਓ ਜੀ ਭਾਜੀ ਆ ਜੌਂਸਰਾ ਟੈਡੀ ਕਬੂਤਰ ਦੇਖੋ ਬੋਸ ਕੀ ਅੱਖਾਂ ਦੇ ਵਿੱਚ ਜਨਾਬ। ਇਹ ਕਬੂਤਰ ਲਏ ਆ ਭਾਜੀ 15-16 ਕਬੂਤਰ, ਸਾਰੇ ਮਾਸ਼ਾਅੱਲਾ ਪਾਸ ਕਬੂਤਰ ਆ ਜੀ ਇਹਨਾਂ ਦੇ, ਔਰ ਬੜੇ ਮਹਿੰਗੇ ਕਬੂਤਰ ਇਹਨਾਂ ਲਿਆਂਦੇ ਸੀਗੇ ਜੀ। ਇਹ ਚੈੱਕ ਕਰੋ ਜ਼ਰਾ ਪੱਲਾ ਦਿਖਾਓ ਆਈ ਸਾਹਿਬ। ਇਹ ਲਓ ਜੀ ਦੇਖੋ ਪੱਲੇ ਦੀ ਪਰ, ਇਹ ਹੀ ਉਹ ਪਰ ਜਨਾਬ ਮਾਸ਼ਾਅੱਲਾ। ਇਹ ਜੀ 15-16 ਕਬੂਤਰ ਆ, ਓ ਹੋ ਹੋ 5 ਵਾਹ ਜੀ ਵਾਹ। ਹਾਂ ਦਿਖਾ ਦਿਓ ਭਾਜੀ ਸਿਆਲਕੋਟੀ ਕਬੂਤਰ। ਹਾਂ ਸਿਆਲਕੋਟੀ ਕਬੂਤਰ ਉਹ ਗੋਲਡਨ ਆਪਣਾ ਫੇਵਰੇਟ ਵੀ ਦਿਖਾਓ ਜਿਹਦੇ ਬੱਚੇ ਤੁਸੀਂ ਕਹਿੰਦੇ ਵੀ ਮਜ਼ਾ ਆ ਗਿਆ। ਇਹ ਲਓ ਭਾਈ ਜਾਨ ਇਹ ਦੇਖੋ ਸਿਆਲਕੋਟੀ ਨਰਵ ਆ ਇਹ ਮੇਰਾ ਖਿਆਲ ਹੈ ਨਾ। ਹਾਂਜੀ ਨਰਵ ਆ, ਇਹਦੇ ਨਾਲ ਦੀ ਮਾਦੀ ਟੈੜੀ ਮਾਦੀ ਲੱਗੀ ਸੀ, ਬੜਾ ਰਿਜ਼ਲਟ ਬੱਚਿਆਂ ਨੇ ਦਿੱਤਾ, ਮਾਦੀ ਮਰ ਗਈ। ਅੱਛਾ ਅੱਛਾ ਇਹਨੇ ਇਹਦਾ ਵੀ ਰਿਜ਼ਲਟ ਭਾਰੀ ਲੰਮੇ ਟੈੜੀ ਮਾਦੀ ਲੱਗੀ ਹੋਈ ਸੀ, ਬੜਾ ਰਿਜ਼ਲਟ ਬੱਚਿਆਂ ਨੇ ਪਿਆਰਾ ਦਿੱਤਾ, ਲੇਕਿਨ ਮਾਦੀ ਮਰ ਗਈ ਫਿਰ ਮੈਂ ਸਾਈਡ ਤੇ ਕਰ ਦਿੱਤੀ। ਅੱਛਾ 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 ਤੁਸੀਂ ਅਸਲੇ ਜੇ ਬਾਹਰ ਚਲੇ ਜਾਣਾ ਫਿਰ ਫਿਰ ਪਿੱਛੇ ਦਾਣਾ ਬੱਚਿਆਂ ਨੂੰ ਵਾਲ ਸਾਲ ਹੀ ਮੁਸ਼ਕਲ। ਇਹ ਰਾਮਪੁਰੀ ਕਬੂਤਰ ਆ ਜੀ ਭਾਜੀ, ਇਹਦੇ ਬਾਰੇ ਕੀ ਖਿਆਲ ਆ ਰਾਮਪੁਰੀ ਦੇ ਬਾਰੇ? ਇਹ ਨਹੀਂ ਮੈਂ ਡਾ ਕੇ ਨਹੀਂ ਦੇਖਿਆ ਕਿ ਇਹਦਾ ਬੱਚੇ ਬੁੱਚੇ ਮਾਦੀਆਂ ਮੁੱਦੀਆਂ ਮਰ ਗਈਆਂ ਸੀਗੀਆਂ ਵਿੱਚੋਂ। ਅੱਛਾ ਇਹ ਫਿਰ ਨਾਰੇ ਰਹਿ ਗਏ ਵਿੱਚੋਂ, ਮੈਂ ਨਾਰਾ ਨਾ ਫਿਰ ਮੈਂ ਬੱਚੇ ਬੁੱਚੇ ਕੱਢੇ ਹੋਏ। ਵਾਹ ਜੀ ਵਾਹ, ਨਹੀਂ ਕਬੂਤਰ ਅੱਛਾ ਪਾਰਕ ਹੁੰਦਾ ਤਾਂ ਬੜਾ ਸ਼ਾਨਦਾਰ ਆ, ਰਿਜ਼ਲਟ ਵਾਲਾ ਕਬੂਤਰ ਆ। ਇਹ ਵੀ ਉਹੀ, ਇਹਦੇ ਨਾਖਨ ਦਿਖਾਓ ਹਾਈ ਸਾਹਿਬ ਇਹਦੇ ਦੇਖੋ, ਇਹ ਚੈੱਕ ਕਰੋ ਜੀ ਇਹ ਦੇਖੋ 2-2 ਇੰਚ ਦੇ ਤਾਂ ਨਾਖਨ ਆ ਜੀ ਮਾਸ਼ਾਅੱਲਾ। ਇਹ ਪਿਓਰ ਰਾਮਪੁਰੀ ਕਬੂਤਰ ਹੀ ਜਿਹੜੇ ਪਰਵਾਸ ਦਿੰਦੇ ਆ। ਅੱਗੇ ਆ ਗਿਆ ਜੀ ਇਮਾਮਦੀਨ ਕਬੂਤਰ ਜਨਾਬ। ਆਹ ਇਮਾਮਦੀਨ, ਇਮਾਮਦੀਨ ਕਬੂਤਰ ਜੀ ਇਹ ਦੇਖੋ ਜੀ 3-6-7 ਕਬੂਤਰ ਹੋ ਗਿਆ ਜੀ। ਇਹ ਇਮਾਮਦੀਨ ਕਬੂਤਰ ਆ ਜੀ ਇਹ ਦੇਖੋ। ਜੜ ਸਾਹਿਬ ਫੜੋ ਹੋਰ ਕਬੂਤਰ ਜਨਾਬ ਸ਼ੌਕ ਕਰਾਈਏ। ਇਹ ਲਓ ਜੀ ਇਹਦੀ ਵੀ ਮਾਦੀ ਮਰ ਗਈ ਜੀ। ਇਹ ਲਓ ਪਰ ਦਿਖਾਓ ਜੀ ਇਹ ਖੱਪੇ ਪਿਆ ਦੇਖ ਲਓ ਜੀ। ਇਹ ਜੋੜਿਆਂ 'ਚ ਲੱਗੇ ਕਬੂਤਰ ਸੀਗੇ ਅਤੇ ਇਹ ਦੇਖੋ ਨਾਖਣ ਮਾਸ਼ਾਅੱਲਾ। ਇਹ ਪੂਰਾ ਸੈਟਅਪ ਆ ਜੀ, ਜੇ ਕਿਸੇ ਨੇ ਲੈਣਾ ਹੋਇਆ ਮੈਨੂੰ ਕੋਈ ਮਸਲਾ ਨਹੀਂ, ਅਸੀਂ ਚੰਗੇ ਮਾੜੇ ਸਾਰੇ ਇੱਕੋ ਰੇਟ ਨਾਲ ਦੇ ਦੇਣੇ ਆ, ਸਾਰੇ ਹੀ ਲੈ ਲਓ ਜਿਹਨੇ ਲੈਣੇ 3-6-7। ਇਹ ਦੇਖੋ ਆਹ ਰਾਮਪੁਰੀ ਝੋਲੇ ਜਾਂ ਮਾਦੀ ਜਨਾਬ? ਨਹੀਂ ਨਹੀਂ ਇਹ ਨਹੀਂ ਝੋਲੇ। ਅੱਛਾ ਇਹ ਨਹੀਂ ਝੋਲੇ ਜੀ, ਅੱਛਾ ਇਹ ਵੀ ਨਰਵ ਆ ਜੀ, ਇਹ ਵੀ ਨਰਵ ਆ ਜੀ ਰਾਮਪੁਰੀ। ਇਹਨਾਂ ਦੀਆਂ ਮਾਦੀਆਂ 2 ਝੋਲੇ 'ਚ ਆਈਆਂ ਵਾ ਭਾਜੀ, ਕਹਿੰਦੇ ਸੀ ਰਹਿਣ ਦੇ ਨਹੀਂ ਲੈਣੀਆਂ, ਤਾਂ ਮੈਂ ਕਿਹਾ ਚਲੋ ਦੇਖ ਲਓ ਜਿੱਦਾਂ ਕਹਿੰਦੇ ਕਰ ਲੈਂਦੇ ਹਾਂ ਜੀ। ਮਾਸ਼ਾਅੱਲਾ ਅੱਛਾ ਪਾਰਕ ਹੁੰਦਾ ਨਰ ਦਾ ਵੀ, ਖੱਪੇ ਪਾਏ ਮਾੜੇ ਮਾੜੇ ਨਾਖਣੇ ਤੇ ਦਿਖਾਇਓ। ਹਾਂ ਦੇਖਿਓ ਇਹ ਨਾਖਣ, ਇਹ ਉਸੇ ਬਲੱਡ ਦਾ ਹੀ ਕਬੂਤਰ ਹੈ ਦੇਖੋ ਨਾਖਣੇ ਦੇ, ਮਾਸ਼ਾਅੱਲਾ। ਲਓ ਜੀ ਅੱਗੇ ਆ ਗਿਆ ਜੀ ਆ ਜੌਂਸਰਾ ਪੱਠਾ ਟੈੜੀ। ਇਹ ਰਾਮਪੁਰੀ ਅਤੇ ਟੈੜੀ ਕਰਾਸ 'ਚ ਪੈ ਕੇ ਬਣਿਆ, ਮੇਰੇ ਖਿਆਲ ਇਹਦੇ ਘਰ ਦਾ ਹੀ ਪੱਠਾ ਨਿਕਲਿਆ, ਇਹਨਾਂ ਨੂੰ ਪਤਾ ਹੀ ਨਹੀਂਗਾ ਕਿ ਨਹੀਂ। ਵਾਕਈ ਕਬੂਤਰ ਉਡਾਉਣ ਵਾਲਾ ਜੀ ਹਾਈ ਸਾਹਿਬ, ਇਹ ਬੰਦਾ ਕਬੂਤਰ ਉਡਾਵੇ ਜਨਾਬ, ਕੀ ਖਿਆਲ? ਹਾਂਜੀ ਉਡਾਉਣ ਵਾਲਾ ਹੀ ਆ, ਯੰਗ ਹੀ ਆ ਨਾ, ਯੰਗ ਹੈ ਉਡਾਉਣ ਵਾਲਾ ਸੱਚ। ਚਲੋ ਜਾਉਣ ਵਾਲਾ ਆਪਾਂ ਰੱਖ ਲਾਂਗੇ, ਪਟਾਈ ਦੇ ਦਿਆਂਗੇ ਇਹਨੂੰ, ਕਬੂਤਰ ਬੜਾ ਚੰਗਾ ਮਾਸ਼ਾਅੱਲਾ। ਲਓ ਭਾਈ ਜਾਨ ਇਹ ਵੀ ਰਾਮਪੁਰੀ। ਲਓ ਜੀ ਅੱਗੇ ਆ ਗਏ, ਇਹ ਵੀ ਝੋਲੇ ਜਾ ਪੱਕੇ ਝੋਲੇ ਜਨਾਬ, ਪੱਕੇ ਝੋਲੇ ਮਾਦੀ ਆ, ਮਾਦੀ ਜੋੜੇ ਬੱਚੇ ਕੱਢਦੀ ਆ, ਬੱਚੇ ਬੜੇ ਪਿਆਰੇ ਡਾਉਂਦੀ ਆ ਯਾਰ। ਇਹ ਫਿਰ ਲੋਕਾਂ ਨੇ ਲਾਮਾ ਦੇ ਦੇਣਾ ਯਾਰ। ਨਹੀਂ ਲਾਂਬਾ ਦੱਸ ਕੇ ਦਿਓ ਨਾ ਤੁਸੀਂ, ਪੱਕੇ ਝੋਲੇ ਜਾਂ ਮਾਦੀ ਬੱਚੇ ਕੱਢਦੀ ਆ ਡਾਉਂਦੀ ਵੀ ਆ ਬੱਚੇ। ਲਓ ਜੀ ਭਾਜੀ ਕਹਿੰਦੇ ਝੋਲੇ ਜਾਂ ਮਾਦੀ ਬੱਚੇ ਕੱਢਦੀ ਵੀ ਆ ਤੇ ਡਾਉਂਦੀ ਵੀ ਆ, ਇਹ ਦੇਖ ਲਓ ਝੋਲੇ ਆ ਨਹੀਂ ਉੜਦਾ। ਨਹੀਂ ਬਾਬਾ ਜੀ ਉਹ ਡਿੱਗ ਪੈਂਦਾ ਹੁੰਦਾ ਧੋਣ ਮੁੜ ਕੇ, ਵਲ ਪੈਂਦਾ ਨਾ ਉਹਨੂੰ ਝੋਲੇ ਚ ਇਹ ਤਾਂ। ਹਾਂ ਡੁੰਡਾ ਪੈਂਦਾ। ਹਾਂਜੀ
ਸਾਰੀ ਦਿਹਾੜੀ ਉੱਡਦਾ ਰਿਹਾ ਅੱਛਾ ਬਾਬਾ ਜੀ ਉਹ ਜਦੋਂ ਬਹਿਣ ਲੱਗਦਾ ਨਾ ਜਿਹਨੂੰ ਬਹੁਤਾ ਝੋਲਾ ਹੁੰਦਾ ਥੋੜੇ ਝੋਲੇ ਵਾਲਾ ਉੱਡ ਲੈਂਦਾ ਜਿਹਨੂੰ ਬਹੁਤਾ ਹੁੰਦਾ ਨਾ ਇਹ ਭਾਜੀ ਇੱਕ ਗੋਲਡਨ ਕਬੂਤਰ ਆ ਦੂਸਰੀ ਅੱਖ ਦਿਖਾ ਦੋ ਉਹ ਚ ਮੋਤੀਆ ਉਤਰੇ ਆ ਵਾ ਲੇਕਿਨ ਇਹ ਵੀ ਗੱਲ ਕਬੂਤਰ ਜੋੜਿਆ ਵਾਲਾ ਵਾ ਜੀ ਬੱਚੇ ਬੜੇ ਪਿਆਰੇ ਡਾਉਂਦਾ ਇਹਦੇ ਵੀ ਬੱਚੇ ਭਾਜੀ ਕਹਿੰਦੇ ਉੜੇ ਆ ਜੀ ਗੋਲਡਨ ਦੇ ਕਿਉਂਕਿ ਇਹਨਾਂ ਦੇ ਲਾਗੇ ਤੇ ਪੱਠਾ ਵਾ ਪੱਠੇ ਦੇ ਇਹਨਾਂ ਨੇ ਹਨਾ ਛੱਤ ਤੇ ਕਬੂਤਰ ਰੱਖੇ ਆ ਉੱਥੇ ਬੱਚੇ ਉਡਾਉਂਦੇ ਰਹਿੰਦੇ ਫਿਰ ਆ ਕੇ ਚੈੱਕ ਕਰਦੇ ਆ ਦੇਖੋ ਪੱਲੇ ਕਬੂਤਰਾਂ ਦੇ ਪੱਲੇ ਦੱਸ ਦਿੰਦੇ ਕਿ ਇਹਦਾ ਰਿਜ਼ਲਟ ਅੱਛਾ ਵਾ ਜੀ ਲਓ ਜੋੜੇ ਜਿਹੜਾ ਮਰਜ਼ੀ ਲਓ ਇਹ ਟੈਡੀ ਮਾਦੀ ਆ ਇਹ ਜੀ ਮਾਦੀ ਲੱਤ ਬਿੱਲੀ ਲੈ ਗਈ ਸੀ ਜਾਲੀ ਥਣੀ ਇੱਥੋਂ ਦੀ ਨਾ ਅੱਛਾ ਜਾਲੀ ਚੋਂ ਇੱਕ ਦੇ ਤੇ ਆਂਡੇ ਉਂਡੇ ਦਿੰਦੀ ਆ ਆਂਡੇ ਦਿੰਦੀ ਆ ਟੈਡੀ ਕਬੂਤਰ ਦਾ ਸ਼ੌਕ ਕਰੋ ਸਰਕਾਰ ਇਹ ਲੋ ਜੀ ਇਹਦੇ ਵੀ ਭਾਜੀ ਹੁਣੀ ਕਹਿੰਦੇ ਸੀ ਕਿ ਬੱਚੇ ਤੁਸੀਂ ਆਪ ਹੀ ਸਾਖੀ ਭਾਈ ਘਰ ਆ ਕੇ ਬੱਚੇ ਉਡਾ ਲਈ ਉਹ ਮੈਂ ਕਿਹਾ ਮੈਂ ਘਰ ਕੀ ਰੱਖਣੇ ਆ ਜੀ ਜਦੋਂ ਮੈਂ ਦੇਣੇ ਮੈਂ ਸਾਰੇ ਇਕੱਠੇ ਹੀ ਦੇ ਦੇਣੇ ਜਿਹਦਾ ਦਿਲ ਕਰੇ ਪੂਰਾ ਸੈਟਅਪ ਲੈ ਲਵੇ ਵਾਰੇ ਕਿਨਾਰੇ ਦਾ ਦੇ ਦਾਂਗੇ 16 ਕਬੂਤਰ ਆ ਜੀ ਇਹ ਟੋਟਲ ਇਹ ਦੇਖੋ ਪੱਲੇ ਮਾਸ਼ਾਅੱਲਾ ਉਹ ਭਾਅ ਜੀ ਕਹਿੰਦੇ 3-3, 4-4 ਹਜ਼ਾਰ ਦਾ ਵੇਚ ਇੱਕ ਇੱਕ ਕਬੂਤਰ ਆ ਤੇ ਇਹ ਟੈਡੀ ਮਾਦੀ ਕਿ ਨਰ ਨਰਵਾ ਇਹ ਵੀ ਨਰ ਹੀ ਆ ਉਹ ਗੋਲਡਨ ਕਬੂਤਰ ਛੱਡਦਾ ਜਿਹਦਾ ਕਹਿੰਦੇ ਰਿਜ਼ਲਟ ਬੜਾ ਵਾ ਉਹ ਜਿਹਦੀ ਅੱਖ ਖਰਾਬ ਉਹ ਆ ਕਿ ਨਹੀਂ ਉਹ ਕਾਲੇ ਪੱਲਿਆਂ ਵਾਲਾ ਵਾ ਨਹੀਂ ਆਹ ਬੈਠਾ ਦੇਖੋ ਅੱਗੇ ਇਹ ਨਹੀਂ ਇੱਕ ਹੋਰ ਜੋਂਸਰਾ ਗੋਲਡਨ ਸੀਗਾ ਜਿਹੜਾ ਕਬੂਤਰ ਤੁਸੀਂ ਇਧਰੋਂ ਦਿਖਾਇਆ ਸੀ ਇਹ ਦੇਖੋ ਜੀ ਯਾਰ ਕਾਂ ਅੱਖਾਂ ਦਾ ਕਬੂਤਰ ਇੱਕ ਹੋਰ ਗੋਲਡਨ ਕਬੂਤਰ ਸੀਗਾ ਯਾਰ ਉਹ ਦੇਖੋ ਹਾਂ ਉਹ ਸਾਹਮਣੇ ਬੈਠਾ ਆਹ ਬੋਸਕੀ ਅੱਖਾਂ ਦਾ ਜੋਂਸਰਾ ਕਬੂਤਰ ਨਹੀਂ ਇਹਦੇ ਨਾਲ ਦੇਖੋ ਕਾਲ ਸਿਰਾ ਕਾਲ ਸੂਚਾ ਇਹ ਲੋ ਭਾਈ ਜਾਨ ਇਹ ਚੈੱਕ ਕਰੋ ਕਬੂਤਰ ਇਹ ਬੋਸਕੀ ਅੱਖਾਂ ਦਾ ਕਬੂਤਰ ਟੈਡੀ ਇਹ ਵੀ ਤੇਜ਼ ਪਰਾਂ ਦਾ ਕਬੂਤਰ ਜੀ ਪਰਾਂ ਦਾ ਤੇ ਤੇਜ਼ ਪਰਾਂ ਦਾ ਇਹ ਕਬੂਤਰ ਅੱਛਾ ਰਿਜ਼ਲਟ ਦੇ ਪੱਲੀਆਂ ਦੇਖੋ ਹੈ ਹੀ ਬਹੁਤ ਚੰਗਾ ਕਬੂਤਰ ਕਿੰਨੇ ਹੋ ਗਏ ਜੀ ਲੋ ਜੀ ਭਾਜੀ ਆਹ ਕਬੂਤਰ ਕਿੰਨੇ ਦਿਖਾਓ ਉਧਰ ਠੀਕ ਆ ਜੀ 3-6-9-3-12-13-14-15-16 ਵਾ ਜੀ ਇਹ ਵਾ ਜੀ 16 ਵਿੱਚ ਦੋ ਝੋਲੇ ਵਾਲੇ ਕਬੂਤਰ ਆ ਜੀ ਇਹ ਵਾ ਉਹ ਗੋਲਡਨ ਜਿਹਦਾ ਭਾਜੀ ਕਹਿੰਦੇ ਰਿਜ਼ਲਟ ਬਹੁਤ ਇੱਕ ਆਇਆ ਗੋਲਡਨ ਦਾ ਇਹ ਜਿਹੜਾ ਜਿਹਦੀ ਅੱਖ ਮਾੜੀ ਮਸਲਾ ਇਹਦਾ ਬਹੁਤ ਅੱਛਾ ਰਿਜ਼ਲਟ ਵਾ ਜੀ ਇਹ ਬੋਸਕੀ ਅੱਖਾਂ ਦੇ ਕਬੂਤਰ ਦਾ ਬੜਾ ਰਿਜ਼ਲਟ ਆ ਜੀ ਆਹ ਦੇਖੋ ਇਹ ਅਸਲ 'ਚ ਮਾਦੀਆਂ ਨਾਲ ਰਜ਼ਾਇਆ ਹੋ ਗਿਆ ਇਹ ਪੱਠਾ ਕਹਿੰਦੇ ਸੀ ਇਹਨਾਂ ਕੋਲ ਆਹ ਜਿਹੜਾ ਮੋਤੀਆਂ ਵਾਲਾ ਪੱਠਾ ਤੁਸੀਂ ਕਹਿੰਦੇ ਕਿੰਨਾ ਕੁੜਿਆ ਇਹ ਕਿਹੜਾ ਅੱਜ ਤੇ ਰੰਗ ਲੱਗਾ ਗੁਲਾਬੀ ਮੋਤੀਆਂ ਵਾਲਾ ਇਹ ਬਹੁਤ ਉੜਿਆ ਪੱਠਾ ਹੈ ਹੁਣ ਤਾਂ ਕ੍ਰੀਸ 'ਚ ਪਿਆ ਵਾ ਇਹ ਜਦੋਂ ਰੰਗ ਝਾੜ ਕੇ ਕਰੇਗਾ ਤੁਸੀਂ ਦੇਖਿਓ ਕੈਸਾ ਕਹਿੰਦੇ ਇਹਨੂੰ ਪਟਾਈ ਦੇ ਕੇ ਉਡਾ ਕੇ ਦੇਖਿਓ ਜੇ ਬੋਧੀ ਗੱਲ ਹੋਈ ਤਾਂ ਅਸੀਂ ਆਪ ਉਡਾ ਲਾਂਗੇ ਜਨਾਬ ਜੇ ਨਾ ਦੋਸਤਾਂ ਨੇ ਲਿਆ ਠੀਕ ਹੈ ਨਾ ਹਾਂਜੀ ਬਾਬਾ ਜੀ ਇੰਨੀ ਜਾਇ ਖਿਡਾਰੀ ਨੇ ਨੱਠ ਕੇ ਲੈਣਾ ਅੱਛਾ ਬਾਬਾ ਜੀ ਕਹਿੰਦੇ ਖਿਡਾਰੀ ਨੇ ਇਹਨੂੰ ਨੱਸ ਕੇ ਲੈਣਾ ਵਾ ਜੀ ਠੀਕ ਹੋ ਗਿਆ ਬਾਬਾ ਜੀ ਤੁਸੀਂ ਵੀ ਸ਼ੌਕ ਸ਼ੂਕ ਕਰ ਦੇਂਗੇ ਕੋਈ ਨਹੀਂ ਮੈਂ ਹਾਂਜੀ ਮੈਂ ਬਚਪਨ ਤੋਂ ਰੱਖੇ ਅੱਛਾ ਬਚਪਨ ਤੋਂ ਇਹ ਗਾਂ ਦੇ ਮੁੰਡੇ ਕਿ ਮੈਂ ਤੇ ਗਾਂ ਇਹ ਮੁੰਡਿਆਂ ਨੂੰ ਫਿਰ ਤੁਹਾਡੇ ਤੋਂ ਆਦਤ ਪਈ ਆ ਜੇ ਮੈਂ ਤੇ ਛੱਡ ਗਿਆ ਮੈਂ ਤੁਹਾਨੂੰ ਕਰ ਦਿਆਂ ਆ ਮੈਂ ਸ਼ਿਰ ਕਿਹੜਾ ਤੁਹਾਡੇ ਨੂੰ ਨਹੀਂ ਮੈਂ ਅੱਛਾ ਅੱਛਾ ਨਹੀਂ ਤੁਸੀਂ ਬਾਜੀਆਂ ਬੂਜੀਆਂ ਵੀ ਖੇਡੀਆਂ ਕੋ ਉਦਾਂ ਹੀ ਹਾਂ ਬਾਜੀਆਂ ਬੂਜੀਆਂ ਲਾਉਂਦੇ ਜੇ ਜਿਹੜੇ ਪੱਠੇ ਦੇ ਅੱਛਾ ਪੱਠੇ ਤੋਂ ਖੇਡਦੇ ਰਹੇ ਤੁਸੀਂ ਪੱਠੇ ਜੀ ਬੱਚੇ ਜਾਂਦੇ ਅੱਛਾ ਐਵੇਂ ਬੰਦੇ ਦੀ ਫੜੀ ਸੀਗੀ ਅੱਛਾ ਉਹਨੇ ਬੜੇ ਮੇਰੇ ਤਰਲੇ ਲਏ ਅੱਛਾ ਮਲਕਾਂ ਦਾ ਉੱਥੇ ਸੀ ਉਹ ਨਾ ਮਾਦੀ ਕਿਤੇ ਨਾ ਪਹਿਲੇ ਦਿਨ ਉੱਠੀ ਆ ਤਾਂ ਬੌਂਦ ਲੱਗੀ ਅੱਛਾ ਮੇਰੀ ਤਾਂ ਉਹਦੀ ਤੈ ਇੱਕੋ ਜੀ ਸੀ ਅੱਛਾ ਉਹ ਮੇਰੇ ਆਣ ਕੇ ਡਿੱਬ ਗਈ ਅੱਛਾ ਮੈਂ ਫੜ ਲਈ ਬੜੇ ਉਹਨੇ ਤਰਲੇ ਲਏ ਮੈਨੂੰ ਦੇ ਦਿਓ ਮਾਦੀ ਨਹੀਂ ਮੈਨੂੰ ਦਿੱਤੀ ਨਹੀਂ ਅੱਛਾ ਹੁਣ ਵੇਚ ਰਿਹਾ ਦੋਹਾਂ ਸਾਲਾਂ ਬਾਅਦ ਅੱਛਾ ਫੜੋ ਦਾ ਇਸਾ ਬੱਚੇ ਬੜੇ ਉੱਡੇ ਸੀ ਉਹਨੇ ਮੈਨੂੰ ਬੜੇ ਤਰਲੇ ਲਏ ਉਹਨੇ ਕਿਹਾ ਆ ਮਾਦੀ ਮੈਨੂੰ ਦੇ ਦੇ ਲੇਕਿਨ ਮੈਂ ਉਸ ਬੰਦੇ ਨੂੰ ਮਾਦੀ ਨਹੀਂ ਦਿੱਤੀ ਉਹ ਜਦੋਂ ਆਪ ਨਹੀਂ ਦਿੰਦੇ ਨਹੀਂ ਮਾਦੀ ਦੀ ਅੱਖ ਤਾਂ ਬੜੀ ਪਿਆਰੀ ਆ ਉਹ ਫਿਰ ਟੈਡੀ ਕਬੂਤਰ ਨੂੰ ਲੱਗੀ ਹੋਵੇ ਲੇਕਿਨ ਹੁਣ ਦੇ ਰਿਹਾ ਮੈਂ ਮਾਦੀ ਕਬੂਤਰਾਂ ਦੇ ਵਿੱਚ ਇਹ ਲੋ ਜੀ ਤੇਜ਼ ਪਰਾਂ ਦੀ ਮਾਦੀ ਅੱਛੀ ਲੱਗੇ ਮੈਨੂੰ ਪੈਸੇ ਵੀ ਦਿੰਦੇ ਸੀ ਚੰਗੇ ਪਰ ਕਹਿੰਦੇ ਪੈਸੇ ਲੈ ਲੈ ਜਿਹੜੇ ਲੈਣੇ ਆ ਲੇਕਿਨ ਮੈਂ ਦਿੱਤੀ ਨਹੀਂ ਅੱਛੀ ਪੰਜੇ ਦਿਖਾਈ ਹੋਏ ਮਾਦੀ ਅੱਛੀ ਆ ਇਹ ਦੇਖੋ ਜੀ ਮਾਦੀ ਲੋ ਭਾਈ ਜਾਨ ਲੋ ਸਰ ਇਹ ਕਬੂਤਰ ਆ ਜੀ ਜੇ ਕਿਸੇ ਭਰਾ ਦੀ ਸਮਝ ਆਏ ਤਾਂ ਮੇਰੇ ਨਾਲ ਰਾਬਤਾ ਕਰਿਓ ਜਨਾਬ 6-70-84-08 ਠੀਕ ਆ ਜੀ ਅੱਲਾ